ਕੱਲ ਰਾਤ ਦੇ ਕੀਰਤਨ ਦੀਵਾਨਾ ਤੋਂ ਬਾਅਦ ਜਿਹੜੀ ਅਸੀਂ ਗੁਰਮਤ ਵਿਚਾਰ ਜੋ ਵੀ ਕੁਛ ਅਸਲ ਚ ਵਾਪਰ ਰਿਹਾ ਸੀ, ਅਸੀਂ ਤੁਹਾਡੇ ਸਾਰਿਆਂ ਦੇ ਨਾਲ ਪੂਰੇ ਸਿੱਖ ਕੌਮ ਦੇ ਦਿਲ ਦਾ ਦਰਦ ਬਿਆਨ ਕੀਤਾ। ਸਾਨੂੰ ਤੁਹਾਡੀਆਂ ਸੰਗਤਾਂ ਦਾ ਇੰਨਾ ਪੋਜ਼ਿਟਿਵ ਫੀਡਬੈਕ ਕੱਲ ਮਿਲਿਆ, ਇੱਥੇ ਬੈਠੀਆਂ ਸੰਗਤਾਂ ਦੀਆਂ ਅੱਖਾਂ ਦੇ ਵਿੱਚੋਂ ਅਥਰੂ ਰੁਕ ਨਹੀਂ ਰਹੇ ਸਨ। ਕੀਰਤਨ ਤੋਂ ਬਾਅਦ ਵੀ ਇੰਨੀਆਂ ਸੰਗਤਾਂ ਸਾਨੂੰ ਆ ਕੇ ਕੱਲ ਮਿਲੀਆਂ, ਜਿਨ੍ਹਾਂ ਨੇ ਕਿਹਾ ਕਿ ਤੁਹਾਡੀ ਕਹੀ ਹੋਈ ਇੱਕ ਇੱਕ ਗੱਲ ਸਾਡੇ ਦਿਲ ਨੂੰ ਐਸੀ ਲੱਗੀ, ਅੱਜ ਤੱਕ ਕੋਈ ਵੀ ਕੀਰਤਨੀਆ ਕੋਈ ਵੀ ਰਾਗੀ ਕਿਸੇ ਵੀ ਸਟੇਜ ਤੇ ਆ ਕੇ ਦਮ ਨਹੀਂ ਰੱਖ ਪਾਇਆ ਕਿ ਉਹ ਇਹ ਗੱਲਾਂ ਕਰ ਸਕੇ। ਅਸੀਂ ਤੇ ਕੱਲ ਹੀ ਕਹਿ ਦਿੱਤਾ ਸੀ ਅਸੀਂ ਰਾਗੀਆਂ ਚ ਆਉਂਦੇ ਹੀ ਨਹੀਂ। ਕਿਉਂ? ਕਿਉਂਕਿ ਔਰਤਾਂ ਨੂੰ ਕਦੀ ਵੀ ਰਾਗੀ ਮੰਨਿਆ ਜਾਂਦਾ ਹੀ ਨਹੀਂ, ਇਹ ਅਸਲ ਸੱਚਾਈ ਹੈ। ਭਾਵੇਂ ਦੁਨੀਆ ਬੁਰੀ ਮਨ ਦੀ ਮੰਨ ਜਾਵੇ, ਜੇ ਤੁਸੀਂ ਇਸ ਗੁਰੂ ਦੇ ਦਰ ਦੇ ਵਿੱਚ ਬੈਠੇ ਹੋ, ਤੁਸੀਂ ਜੇ ਦਿਲ ਦਾ ਦਰਦ ਸਮਝਦੇ ਹੋ ਤੇ ਸਾਨੂੰ ਗੁਰੂ ਨਾਨਕ ਦੇ ਦੱਸੇ ਹੋਏ ਮਾਰਗ ਤੇ ਚੱਲਦੇ ਹੋਏ ਸੱਚ ਦੱਸਣ 'ਚ ਕੋਈ ਇਤਰਾਜ਼ ਨਹੀਂ। ਗੁਰੂ ਰੂਪਸਾਰ ਸਿੰਘ ਜੀ, ਇੱਕ ਗੱਲ ਆਉਂਦੀ ਹੈ ਕਿ ਸਾਡੇ ਸਿੱਖ ਧਰਮ ਨੂੰ ਛੱਡ ਕੇ ਆਪਣੇ ਹੀ ਸਿੱਖ ਧਰਮ ਦੇ ਲੋਕ ਆਪਣੇ ਹੀ ਧਰਮ ਨੂੰ ਛੱਡ ਕੇ ਦੂਜੇ ਧਰਮਾਂ ਦੇ ਵਿੱਚ ਕਿਉਂ ਕਨਵਰਟ ਹੋ ਰਹੇ ਨੇ? ਗੁਰੂ ਰੂਪਸਾਰ ਸਿੰਘ ਜੀ, ਤੁਸੀਂ ਖੁਦ ਹੀ ਵੇਖਿਆ ਹੋਵੇਗਾ ਕਿ ਅੱਜ ਪੂਰਾ ਪੰਜਾਬ ਕ੍ਰਿਸਚੈਨਿਟੀ 'ਚ ਬਦਲਦਾ ਜਾ ਰਿਹਾ ਹੈ। ਪੂਰਾ ਪੰਜਾਬ ਜੀਜਸ ਜੀਜਸ ਯਸ਼ੂ ਯਸ਼ੂ ਕਰਦਾ ਪਿਆ ਹੈ। ਸਾਧ ਸੰਗਤ ਜੀ, ਸਾਡੇ ਨਾਲ ਪਿੱਛੇ ਐਲਿਜ਼ਾਬੈਥ ਬੈਠੀ ਹੈ, ਇਹ ਵੀ ਕ੍ਰਿਸ਼ਨ ਹੈ ਪਰ ਇਹ ਵੀ ਗੁਰਬਾਣੀ ਦਾ ਕੀਰਤਨ ਕਰ ਰਹੀ ਹੈ। ਸਾਧ ਸੰਗਤ ਜੀ, ਹੁਣ ਤੁਸੀਂ ਦੱਸੋ ਕਿ ਆਪਣੇ ਸਿੱਖ ਧਰਮ ਦੇ ਲੋਕ ਕ੍ਰਿਸਚੈਨਿਟੀ ਵਿੱਚ ਜਾਂ ਕਿਸੇ ਵੀ ਹੋਰ ਧਰਮ 'ਚ ਕਨਵਰਟ ਹੋ ਰਹੇ ਨੇ, ਤਾਂ ਇਸ ਦੇ ਵਿੱਚ ਕਿਸ ਦੀ ਗਲਤੀ ਹੈ? ਜੇਕਰ ਤੁਸੀਂ ਕਹੋਗੇ ਕਿ ਇਹ ਦੂਜੇ ਧਰਮਾਂ ਦੀ ਗਲਤੀ ਹੈ ਤੇ ਐਗਜ਼ਾਮਪਲ ਤੁਹਾਡੇ ਸਾਹਮਣੇ ਹੈ, ਉਹ ਕ੍ਰਿਸ਼ਨ ਧਰਮ ਦੀ ਹੁੰਦੀ ਹੋਏ ਵੀ ਸਿੱਖ ਧਰਮ ਦੇ ਵਿੱਚ ਆ ਕੇ ਕੀਰਤਨ ਕਰ ਰਹੀ ਹੈ, ਵਾਹਿਗੁਰੂ ਦਾ ਨਾਮ ਜਪ ਰਹੀ ਹੈ। ਇਸ ਤੋਂ ਸਿੱਧਾ ਸਪਸ਼ਟ ਹੁੰਦਾ ਹੈ ਕਿ ਕ੍ਰਿਸ਼ਨ ਵਾਲਿਆਂ ਦੀ ਤੇ ਕੋਈ ਗਲਤੀ ਨਹੀਂ। ਉਹਨਾਂ ਨੇ ਤੇ ਸਾਨੂੰ ਨਹੀਂ ਕਿਹਾ ਕਿ ਤੁਸੀਂ ਆਪਣਾ ਧਰਮ ਛੱਡ ਕੇ ਸਾਡੇ ਧਰਮ ਦੇ ਵਿੱਚ ਆਓ। ਕਿਤੇ ਨਾ ਕਿਤੇ ਗਲਤੀ ਤਾਂ ਸਿੱਖ ਕੌਮ ਦੀ ਰਹੀ ਹੈ। ਗੁਰੂ ਰੂਪਸਾਰ ਸਿੰਘ ਜੀ, ਸਾਡੀ ਸਿੱਖ ਕੌਮ ਨੇ ਗੁਰੂ ਘਰਾਂ ਦੇ ਵਿੱਚ ਇੰਨੀ ਪੋਲੀਟਿਕਸ ਫੈਲਾ ਕੇ ਰੱਖ ਦਿੱਤੀ, ਇੰਨੀਆਂ ਰਿਸਟ੍ਰਿਕਸ਼ਨਸ ਲਗਾ ਕੇ ਰੱਖ ਦਿੱਤੀਆਂ ਕਿ ਅੱਜ ਆਪਣਾ ਸਿੱਖ ਯੂਥ ਹੀ ਆਪਣੇ ਧਰਮ ਦੇ ਵਿੱਚ ਰਹਿਣਾ ਹੀ ਨਹੀਂ ਚਾਹੁੰਦਾ, ਤਾਂ ਹੀ ਉਹ ਆਪਣੇ ਧਰਮ ਨੂੰ ਛੱਡ ਕੇ ਕ੍ਰਿਸਚੈਨਿਟੀ ਨੂੰ ਫੋਲੋ ਕਰ ਰਹੇ ਹਨ, ਇਸਲਾਮ ਨੂੰ ਫੋਲੋ ਕਰ ਰਹੇ ਹਨ, ਬੁੱਧਿਜ਼ਮ ਨੂੰ ਫੋਲੋ ਕਰ ਰਹੇ ਹਨ, ਹਿੰਦੂਇਜ਼ਮ ਨੂੰ ਫੋਲੋ ਕਰ ਰਹੇ ਹਨ।
ਕਮੀ ਤਾਂ ਸਾਡੇ ਸਿੱਖ ਕੌਮ ਦੇ ਵਿੱਚ ਹੈ। ਸਾਧ ਸੰਗਤ ਜੀ, ਸੱਚ ਜਾਣਿਆ ਜੇ ਅਸੀਂ ਤਾਂ ਸਿਰਫ ਪੱਗਾਂ ਦੇ ਰੰਗ ਹੀ ਬਦਲਦੇ ਰਹਿ ਗਏ, ਅਸੀਂ ਕਦੀ ਗੁਰਬਾਣੀ ਦਾ ਅਸਲੀ ਮਹੱਤਵ ਪੜ੍ਹੀ ਨਹੀਂ ਪਾਏ। ਗੁਰੂ ਰਪਸਾਦ ਸੰਗਤ ਜੀ, ਅਸੀਂ ਹਮੇਸ਼ਾ ਕਹਿੰਦੇ ਆ ਕਿ ਸਾਡੀ 2% ਦੇ ਸਿੱਖ ਅਸੀਂ ਰਹਿ ਗਏ, 2% ਵੀ ਨਹੀਂ ਰਹਿ ਗਏ, ਅੱਧੇ ਤੋਂ ਵੀ ਘੱਟ ਹੋ ਗਏ। ਦੂਜੇ ਧਰਮ ਵਾਲੇ ਸਾਡੇ ਸਿੱਖ ਧਰਮ ਦੇ ਬੱਚਿਆਂ ਨੂੰ ਆਪਣੇ ਧਰਮਾਂ 'ਚ ਲੈ ਗਏ, ਉਹ ਲੈ ਕੇ ਨਹੀਂ ਗਏ। ਤੁਸੀਂ ਸਿੱਖਾਂ ਨੇ ਖੁਦ ਆਪਣੇ ਬੱਚਿਆਂ ਨੂੰ ਕ੍ਰਿਸਚੈਨਿਟੀ 'ਚ ਭੇਜਿਆ। ਸਾਧ ਸੰਗਤ ਜੀ, ਕਿਸੇ ਵੀ ਧਰਮ ਨੂੰ ਜਿਉਂਦਾ ਰੱਖਣ ਵਾਸਤੇ 3 ਚੀਜ਼ਾਂ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ। ਪਹਿਲੀ ਸਿੱਖਿਆ, ਦੂਜਾ ਪਿਆਰ, ਤੀਜਾ ਸਤਿਕਾਰ। ਅਫਸੋਸ ਦੀ ਗੱਲ ਹੈ ਕਿ ਇਹੀ 3 ਚੀਜ਼ਾਂ ਅਸੀਂ ਆਪਣੇ ਸਿੱਖ ਧਰਮ ਦੇ ਵਿੱਚ ਨਹੀਂ ਦੇ ਪਾਏ, ਤਾਂ ਹੀ ਸਾਡੇ ਸਿੱਖ ਧਰਮ ਦੇ ਬੱਚੇ, ਯੁਵਾ ਆਪਣੇ ਹੀ ਧਰਮ ਨੂੰ ਛੱਡ ਕੇ ਦੂਜੇ ਧਰਮਾਂ 'ਚ ਕਨਵਰਟ ਹੋ ਗਏ। ਸਾਧ ਸੰਗਤ ਜੀ, ਕਿਉਂ ਅਸੀਂ ਦੂਜੇ ਧਰਮਾਂ ਨੂੰ ਹੇਟ ਕਰਦੇ ਹਾਂ? ਸਾਡੇ ਨਾਲੋਂ ਲੱਖ ਗੁਣਾ ਚੰਗੇ ਤੇ ਕ੍ਰਿਸਚੈਨਿਟੀ ਵਾਲੇ ਨੇ, ਜਿਨ੍ਹਾਂ ਨੇ ਅੱਜ ਤੱਕ ਕਿਸੇ ਪ੍ਰਕਾਰ ਦੀ ਰੋਕ ਟੋਕ ਨਹੀਂ ਲਗਾਈ। ਉਹਨਾਂ ਨੇ ਕਦੀ ਆ ਨਹੀਂ ਪੁੱਛਿਆ ਕਿ ਤੁਸੀਂ ਦਾੜੀ ਕੱਟੀ ਹੈ, ਤੁਸੀਂ ਸਿਰ ਤੇ ਪੱਗ ਬੰਨੀ ਜਾਂ ਨਹੀਂ ਬੰਨੀ, ਤੁਸੀਂ ਕੇਸ ਰੱਖੇ ਨੇ ਜਾਂ ਨਹੀਂ ਰੱਖੇ ਨੇ, ਤੁਸੀਂ ਕਿੰਨੀ ਕੁ ਬਾਣੀ ਪੜ੍ਹੀ ਹੈ, ਤੁਸੀਂ ਕਿੱਦਾਂ ਦੇ ਕੱਪੜੇ ਪਾਏ ਨੇ। ਉਹਨਾਂ ਨੇ ਕਿਸੇ ਪ੍ਰਕਾਰ ਦੀ ਰੋਕ ਟੋਕ ਨਹੀਂ ਲਾਈ, ਤਾਂ ਹੀ ਆਪਣੇ ਲੋਕ ਖੁਸ਼ੀ ਖੁਸ਼ੀ ਉਹਨਾਂ ਦੇ ਧਰਮਾਂ 'ਚ ਜਾ ਕੇ ਕਨਵਰਟ ਹੋ ਗਏ। ਸਾਧ ਸੰਗਤ ਜੀ, ਤੁਸੀਂ ਵੀ ਸਿੱਖ ਧਰਮ ਦੇ ਬੈਠੇ ਹੋ, ਤੁਹਾਡੇ ਵਿੱਚੋਂ ਵੀ ਤੁਹਾਡੇ ਬੱਚੇ ਕਈ ਐਸੇ ਹੋਣਗੇ ਜਿਨ੍ਹਾਂ ਨੇ ਸਿਰ ਤੇ ਕੇਸ ਨਹੀਂ ਰੱਖੇ ਹੋਣਗੇ, ਕਿਉਂਕਿ ਬੱਚਿਆਂ ਨੂੰ ਉਹ ਜੋ ਸਿੱਖਿਆ ਮਿਲਣੀ ਚਾਹੀਦੀ ਸੀ, ਜਿਹੜਾ ਪ੍ਰਚਾਰ ਸਾਡੇ ਧਰਮ 'ਚ ਹੋਣਾ ਚਾਹੀਦਾ ਸੀ, ਉਹ ਪ੍ਰਚਾਰ ਦੂਜੇ ਧਰਮਾਂ ਦੇ ਕਰਕੇ ਚਲੇ ਗਏ। ਜੋ ਪ੍ਰਚਾਰ ਸਾਡੇ ਸਿੱਖ ਧਰਮ ਨੂੰ ਕਰਨਾ ਚਾਹੀਦਾ ਸੀ, ਉਹੀ ਪ੍ਰਚਾਰ ਦੂਜੇ ਧਰਮਾਂ ਨੇ ਕਰਕੇ ਆਪਣੇ ਬੱਚਿਆਂ ਨੂੰ ਉਹਨਾਂ ਦੇ ਵੱਲ ਲੈ ਲਿਆ। ਫਿਰ ਤਾਂ ਕਮੀ ਸਾਡੇ ਸਿੱਖ ਕੌਮ ਦੇ ਵਿੱਚ ਹੋਈ। ਸਾਧ ਸੰਗਤ ਜੀ, ਤੁਸੀਂ ਖੁਦ ਦੱਸੋ, ਸਾਡੇ ਸਿੱਖ ਕੌਮ ਦੇ ਵਿੱਚ ਗਿਣਤੀ ਦੇ 5 ਕਥਾਵਾਚਕ, ਪੰਥ ਪ੍ਰਸਿੱਧ 5 ਕਥਾਵਾਚਕ ਗਿਣਾ ਦਵੋ। ਸਭ ਤੋਂ ਪਹਿਲੇ ਨੰਬਰ ਤੇ ਗਿਆਨੀ ਸੰਤ ਸਿੰਘ ਮਸਕੀਨ ਜੀ ਆਉਂਦੇ ਹਨ, ਉਹਨਾਂ ਤੋਂ ਬਾਅਦ ਗਿਆਨੀ ਪਿੰਦਰਪਾਲ ਸਿੰਘ ਜੀ, ਉਸ ਤੋਂ ਇਲਾਵਾ ਕੋਈ ਹੈ ਤੇ ਗਿਣਾ ਦੋ। ਤੁਹਾਡੀ ਨਜ਼ਰ ਦੇ ਵਿੱਚ 1-2 ਵੀ ਹੋਣਗੇ, 3 ਲਾ ਲਓ, 4 ਲਾ ਲਓ। ਕੈਸੀ ਸ਼ਰਮ ਦੀ ਗੱਲ ਹੈ ਕਿ ਸਾਡੇ ਸਿੱਖ ਧਰਮ ਦੇ ਵਿੱਚ ਸਾਡੇ ਕੋਲ ਦੱਸਣ ਲਾਇਕ 5 ਕਥਾਵਾਚਕ ਤੱਕ ਨਹੀਂ, 5 ਐਸੇ ਪ੍ਰਚਾਰਕ ਨਹੀਂ ਜਿਹੜੇ ਸਾਡੇ ਸਿੱਖ ਕੌਮ ਨੂੰ ਸੰਭਾਲ ਸਕਣ। ਤੇ ਜਦੋਂ ਦੂਜੇ ਧਰਮਾਂ ਦੇ ਆ ਕੇ ਜਦੋਂ ਉਹ ਗੁਰਬਾਣੀ ਦਾ ਪ੍ਰਚਾਰ ਕਰਨ ਲੱਗ ਗਏ, ਫਿਰ ਸਾਨੂੰ ਬੁਰਾ ਲੱਗਣ ਲੱਗ ਗਿਆ ਕਿ ਕਿਉਂ ਸਾਡੇ ਸਿੱਖ ਧਰਮ ਦੇ ਬੱਚੇ ਕ੍ਰਿਸਚੈਨਿਟੀ 'ਚ ਕਨਵਰਟ ਹੋ ਗਏ। ਜਿਹੜਾ ਪ੍ਰਚਾਰ ਗੁਰੂ ਨਾਨਕ ਦੇਵ ਜੀ ਦਾ ਦੱਸਿਆ ਹੋਇਆ ਸਾਡੇ ਸਿੱਖ ਧਰਮ ਨੂੰ ਕਰਨਾ ਚਾਹੀਦਾ ਸੀ, ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ,
ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਇਹ ਪ੍ਰਚਾਰ ਸਾਡੇ ਸਿੱਖ ਧਰਮ ਨੂੰ ਕਰਨਾ ਚਾਹੀਦਾ ਸੀ, ਪਰ ਅਫਸੋਸ ਦੀ ਗੱਲ ਹੈ ਜੋ ਪ੍ਰਚਾਰ ਅਸੀਂ ਨਹੀਂ ਕੀਤਾ, ਦੂਜੇ ਧਰਮਾਂ ਨੇ ਆ ਕੇ ਉਹੀ ਪ੍ਰਚਾਰ ਜਦੋਂ ਕੀਤਾ ਤਾਂ ਸਾਡਾ ਯੂਥ ਉੱਧਰ ਵੱਲ ਚਲਾ ਗਿਆ। ਗੁਰੂ ਰਬਸਾਂਝ ਸਿੰਘ ਜੀ, ਕੱਲ ਦੀ ਅਸੀਂ ਜਿਹੜੀ ਵੀ ਵਿਚਾਰ ਕੀਤੀ, ਹੁਣ ਸਾਨੂੰ ਭਾਵੇਂ ਇੰਡੀਆ ਜਾ ਕੇ ਕ੍ਰਿਟੀਸਿਜ਼ਮ ਮਿਲੇ, ਸਾਨੂੰ ਕਦੀ ਫਰਕ ਪਿਆ ਹੀ ਨਹੀਂ। ਸਾਧ ਸੰਗਤ ਜੀ, ਤੁਸੀਂ ਇਹ ਗਿਣਾ ਦਵੋ, ਚਲੋ ਅਸੀਂ ਆਪਣੀ ਗੱਲ ਨਹੀਂ ਕਰਦੇ, ਪੰਥ ਪ੍ਰਸਿੱਧ ਪੰਜ ਕੀਰਤਨੀ ਜਥੇ, ਪਹਿਲੇ ਨੰਬਰ ਤੇ ਭਾਈ ਮਨਪ੍ਰੀਤ ਸਿੰਘ ਜੀ ਕਾਨਪੁਰੀ, ਭਾਈ ਜੋਗਿੰਦਰ ਸਿੰਘ ਜੀ ਰਿਆੜ, ਗੁਰਪ੍ਰੀਤ ਸਿੰਘ ਜੀ ਰਿੰਕੂ ਵੀਰ ਜੀ। ਹੁਣ ਅਗਰ ਅਸੀਂ ਰਿੰਕੂ ਵੀਰ ਜੀ ਦੀ ਗੱਲ ਕਰੀਏ, ਉਹਨਾਂ ਨੇ ਡੇਲੀ ਯੂਟਿਊਬ ਦੇ ਚੈਨਲ ਤੇ 50,000 ਤੋਂ ਵੱਧ ਸੰਗਤਾਂ ਉਹਨਾਂ ਦਾ ਅੰਮ੍ਰਿਤ ਵੇਲੇ ਦਾ ਕੀਰਤਨ ਦਰਬਾਰ ਸੁਣਦੀਆਂ ਨੇ। ਹੁਣ ਲੋਕਾਂ ਨੂੰ ਇਸ ਗੱਲ ਦੀ ਸੜਨ ਮਚਦੀ ਕਿ ਉਹ ਸਾਡੇ ਸਿੱਖ ਧਰਮ ਦੇ ਵਿੱਚ ਹੋ ਕੇ ਹਿੰਦੀ 'ਚ ਕਿਉਂ ਕਥਾ ਕਰਦੇ ਨੇ ਜੀ, ਪਰ ਅਸੀਂ ਆ ਕਿਉਂ ਨਹੀਂ ਸੋਚਦੇ ਕਿ ਜੋ ਕੰਮ ਸਾਡੇ ਲੋਕਾਂ ਤੋਂ ਨਹੀਂ ਹੋ ਪਾਇਆ, ਜੇ ਉਹਨਾਂ ਨੇ ਕਿਸੇ ਹੋਰ ਭਾਸ਼ਾ ਦੇ ਵਿੱਚ ਆ ਕੇ ਇੰਨੀਆਂ ਲੱਖਾਂ ਦੀਆਂ ਸੰਗਤਾਂ ਨੂੰ ਜੋੜ ਦਿੱਤਾ, ਫਿਰ ਵੀ ਅਸੀਂ ਸਾਰੀ ਉਮਰ ਸੜਦੇ ਰਹਿ ਗਏ, ਪ੍ਰਚਾਰ ਨਹੀਂ ਕੀਤਾ। ਜੇ ਉਹਨਾਂ ਨੇ ਹਿੰਦੀ 'ਚ ਕਥਾ ਕਰਕੇ ਇੰਨੀਆਂ ਸੰਗਤਾਂ ਨੂੰ ਡੇਲੀ ਵੱਧ ਤੋਂ ਵੱਧ 50,000 ਤੋਂ ਉੱਤੇ ਸੰਗਤਾਂ ਦੀ ਵਾਚਿੰਗ ਹੁੰਦੀ ਹੈ ਤੇ ਲਾਈਵ ਉਹਨਾਂ ਦੇ ਡੇਲੀ ਦਰਬਾਰ ਦੇ ਵਿੱਚ ਨਾ ਨਾ ਕਰਦੇ ਹੋਏ ਵੀ 15,000 ਤੋਂ ਉੱਤੇ ਸੰਗਤਾਂ ਬੈਠੀਆਂ ਹੁੰਦੀਆਂ ਨੇ। ਸਾਧ ਸੰਗਤ ਜੀ, ਅਸੀਂ ਤਾਂ ਸਿਰਫ ਇੱਕ ਦੂਜੇ ਨਾਲ ਕੰਪੇਅਰ ਹੀ ਕਰਦੇ ਰਹਿ ਗਏ। ਤੁਸੀਂ ਇੰਸਟਾਗ੍ਰਾਮ ਤੇ ਯੂਟਿਊਬ ਦੀਆਂ ਰੀਲਸ ਵਿੱਚ ਇੱਕ ਸੰਤ ਮਹਾਤਮਾ ਨੇ, ਜਿਨ੍ਹਾਂ ਦਾ ਨਾਮ ਹੈ ਪ੍ਰੇਮਾਨੰਦ, ਉਹਨਾਂ ਦੀ ਕੁਝ ਵੀਡੀਓ ਸੁਣੀਆਂ ਹੋਣਗੀਆਂ। ਉਹ ਇੰਨਾ ਖੁਸ਼ੀ ਖੁਸ਼ੀ ਸਿੱਖ ਧਰਮ ਦਾ ਪ੍ਰਚਾਰ ਕਰਦੇ ਨੇ, ਉਹਨਾਂ ਦੀ ਤੁਸੀਂ ਵਾਇਰਲ ਵੀਡੀਓ ਵੇਖੀ ਹੋਵੇਗੀ, ਜਿਸ 'ਚੋਂ ਬੜੀ ਖੁਸ਼ੀ ਨਾਲ ਕਹਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਹੁਣ ਆਪਣੇ ਸਿੱਖਾਂ ਨੂੰ ਆ ਸੜਨ ਪੈ ਗਈ, ਆਹ ਗੱਲ ਲੱਗ ਗਈ ਕਿ ਆਪਣੇ ਸਿੱਖ ਧਰਮ ਦੇ ਲੋਕ ਉਹਨਾਂ ਦੇ ਕੋਲ ਕਿਉਂ ਜਾ ਰਹੇ ਨੇ। ਜੇ ਉਹ ਚੰਗੀਆਂ ਗੱਲਾਂ ਕਰਦੇ ਨੇ, ਸਾਨੂੰ ਗੁਰੂ ਦੇ ਨਾਲ ਜੋੜਦੇ ਨੇ, ਤੇ ਕਿਉਂ ਨਹੀਂ ਸਾਡੇ ਸਿੱਖ ਲੋਕ ਉਹਨਾਂ ਦੇ ਕੋਲ ਜਾਣਗੇ। ਜੇ ਸਾਡੇ ਸਿੱਖ ਪ੍ਰਚਾਰਕਾਂ ਨੇ ਇਹ ਗੱਲਾਂ ਕੀਤੀਆਂ ਹੁੰਦੀਆਂ ਤੇ ਸਾਡੇ ਸਿੱਖ ਨੂੰ ਕੀ ਲੋੜ ਸੀ ਉਹਨਾਂ ਦੇ ਦੂਜੇ ਧਰਮਾਂ ਦੇ ਜਾ ਕੇ ਬਾਬਿਆਂ ਨੂੰ ਮੰਨਣ ਦੀ। ਕੱਲ ਦੇ ਦੀਵਾਨ ਤੋਂ ਪਹਿਲਾਂ ਅਸੀਂ ਵੀ ਬੜਾ ਡਰਦੇ ਸੀ, ਸੋਚਦੇ ਸੀ ਬੋਲਣ ਤੋਂ ਪਹਿਲਾਂ ਕਿ ਜੇ ਅਸੀਂ ਬੋਲਾਂਗੇ ਤਾਂ ਕੱਲ ਨੂੰ ਸਾਡੇ ਤੇ ਇਸ ਗੱਲ ਦਾ ਕੀ ਅਸਰ ਪੈ ਸਕਦਾ ਹੈ, ਸਾਨੂੰ ਕੀ ਕੁਝ ਫੇਸ ਕਰਨ ਨੂੰ ਮਿਲ ਸਕਦਾ ਹੈ। ਕੱਲ ਦੇ ਦੀਵਾਨ 'ਚ ਸੰਗਤਾਂ ਨੇ ਕਿਹਾ ਕਿ ਤੁਸੀਂ ਬੰਗਲਾ ਸਾਹਿਬ ਦਾ ਜ਼ਿਕਰ ਕੀਤਾ ਕਿ ਕੱਲ ਨੂੰ ਤੁਹਾਨੂੰ ਕਮੇਟੀ ਵੱਲੋਂ ਕੋਈ ਦਿੱਕਤ ਨਾ ਆਵੇ। ਸਾਧ ਸੰਗਤ ਜੀ, ਸਾਨੂੰ ਤਾਂ ਕਦੀ ਕਿਸੇ ਨੇ ਰਾਗੀ ਸਮਝਿਆ ਹੀ ਨਹੀਂ। ਤੁਸੀਂ ਖੁਦ ਆਪਣੇ ਦਿਲੋਂ ਦੱਸ ਦਵੋ ਕਿ ਕਿਹੜੇ ਫੀਮਲ ਰਾਗੀ ਅੱਜ ਤੱਕ ਹੋਏ ਨੇ ਤੁਹਾਡੇ ਜ਼ਿਕਰ 'ਚ।
ਅਗਰ ਕੋਈ ਨਾਮ ਹੈ ਤਾਂ ਦੱਸੋ। ਸੋਚੋ ਤੁਸੀਂ ਕਿਸੇ ਨੂੰ ਸੁਣਦੇ ਹੋਵੋਗੇ, ਇੱਕ ਕਹਿ ਸਕਦੇ ਆ ਮੀਰੀ ਪੀਰੀ ਜਗਾਦਰੀ ਵਾਲੇ ਜਿਹੜੀਆਂ ਬੀਬੀਆਂ ਕੀਰਤਨ ਕਰਦੀਆਂ ਨੇ। ਅਸੀਂ ਆਪਣੇ ਆਪ ਨੂੰ ਰਾਗੀ ਨਹੀਂ ਗਿਣਦੇ, ਅਸੀਂ ਆਪਣਾ ਨਾਮ ਨਹੀਂ ਲਵਾਂਗੇ, ਸਾਨੂੰ ਤੇ ਛੱਡ ਹੀ ਦਿਓ। ਸਾਡੇ ਤੋਂ ਇਲਾਵਾ ਦੱਸੋ ਕੋਈ ਹੈ ਫੀਮੇਲ ਰਾਗੀ? ਤੇ ਸਾਡੇ ਸਿੱਖ ਕੌਮ ਦੇ ਵਾਸਤੇ ਕਿੱਡੀ ਸ਼ਰਮ ਦੀ ਗੱਲ ਹੈ ਕਿ ਸਾਡੇ ਕੋਲ ਜੇ ਗਿਣਾਉਣ ਵਾਸਤੇ 5 ਫੀਮੇਲ ਰਾਗੀ ਹੀ ਨਹੀਂ ਤੇ ਅਸੀਂ ਇਹ ਧਰਮ ਦਾ ਪ੍ਰਚਾਰ ਕਰਾਂਗੇ? ਫਿਰ ਅਸੀਂ ਕਹਿੰਦੇ ਹਾਂ ਕਿ ਸਾਡਾ ਸਿੱਖ ਧਰਮ ਕ੍ਰਿਸਚੈਨਿਟੀ 'ਚ ਕਿਉਂ ਬਦਲ ਗਿਆ? ਯਸ਼ੂ ਯਸ਼ੂ ਕਿਉਂ ਕਰਨ ਲੱਗ ਗਿਆ? ਜੀਜਸ ਜੀਜਸ ਕਿਉਂ ਕਰਨ ਲੱਗ ਗਿਆ? ਇਸਲਾਮ 'ਚ ਕਿਉਂ ਚਲਾ ਗਿਆ? ਕਿਉਂਕਿ ਜੋ ਗੱਲਾਂ ਉਹਨਾਂ ਨੇ ਚੰਗੀਆਂ ਸਿਖਾਈਆਂ, ਗੁਰੂ ਨਾਨਕ ਦੇਵ ਜੀ ਨੇ ਕਦੀ ਵੀ ਜਾਤ ਪਾਤ ਦਾ ਵਿਤਕਰਾ ਨਹੀਂ ਕੀਤਾ, ਕਦੀ ਵੀ ਕਿਸੇ ਧਰਮ ਦੇ ਨੂੰ ਵੇਖ ਕੇ ਭੋਜਨ ਨਹੀਂ ਛਕਾਇਆ ਕਿ ਤੁਸੀਂ ਮੁਸਲਮਾਨ ਹੋ ਉਹਨਾਂ ਦੇ ਨਾਲ ਤੇ ਹਿੰਦੂ ਮੁਸਲਮਾਨ ਦੋਏ ਦਰਗਹਿ ਅੰਦਰ। ਜਿਸ ਵੇਲੇ ਬਾਲਾ ਮਰਦਾਨਾ ਨੇ ਪੁੱਛਿਆ ਸੀ ਕਿ ਗੁਰੂ ਜੀ ਸਵਰਗ ਦੀ ਪ੍ਰਾਪਤੀ ਕਿਹਨੂੰ ਹੋਵੇਗੀ, ਤਾਂ ਉਹਨਾਂ ਨੇ ਬੋਲਿਆ ਸਵਰਗ ਦੀ ਪ੍ਰਾਪਤੀ, ਸੱਚਖੰਡ ਦੀ ਪ੍ਰਾਪਤੀ ਧਰਮ ਵੇਖ ਕੇ ਨਹੀਂ ਹੋਵੇਗੀ। ਜਿਹਨੇ ਜਿੰਨਾ ਨਾਮ ਜਪਿਆ, ਜਿਹਨੇ ਜਿੰਨੀ ਬਾਣੀ ਪੜ੍ਹੀ, ਉਹਨੂੰ ਹੀ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਜਗ੍ਹਾ ਮਿਲੇਗੀ। ਗੁਰੂ ਰੂਪਸਾਤ ਸਿੰਘ ਜੀ, ਸਾਡੇ 'ਚ ਕਮੀ ਰਹਿ ਗਈ। ਅਸੀਂ ਦੂਜੇ ਧਰਮਾਂ ਨੂੰ ਕੁਛ ਨਹੀਂ ਕਹਿ ਸਕਦੇ ਕਿ ਉਹ ਸਾਡੇ ਯੂਥ ਨੂੰ ਆਪਣੇ ਕੋਲ ਲੈ ਗਏ। ਅਸੀਂ ਖੁਦ ਖੁਸ਼ੀ ਖੁਸ਼ੀ ਆਪਣੇ ਯੂਥ ਨੂੰ ਉਹਨਾਂ ਦੇ ਵੱਲ ਜਾਣ ਦਿੱਤਾ। ਸਾਧ ਸੰਗਤ ਜੀ, ਜਿੱਥੇ ਗੱਲ ਰਹੀ ਕਿ ਸਾਨੂੰ ਕੀ ਕ੍ਰਿਟੀਸਿਜ਼ਮ ਆ ਸਕਦਾ ਹੈ ਆਉਣ ਵਾਲੇ ਸਮੇਂ 'ਚ, ਇਹਦਾ ਤੁਹਾਨੂੰ ਸਭ ਤੋਂ ਵੱਡਾ ਐਗਜ਼ਾਮਪਲ ਅਸੀਂ ਅੱਜ ਦਿੰਦੇ ਹਾਂ। ਸਾਧ ਸੰਗਤ ਜੀ, ਗਲਤੀ ਪ੍ਰਚਾਰਕਾਂ ਦੀ, ਰਾਗੀਆਂ ਦੀ ਵੀ ਨਹੀਂ ਹੈ। ਉਹ ਵੀ ਕੋਈ ਗੱਲ ਕਰਨ ਤੋਂ ਪਹਿਲਾਂ ਡਰਦੇ ਨੇ। ਕਿਉਂ? ਕਿਉਂਕਿ ਅਖੀਰ 'ਚ ਜਾ ਕੇ ਉਹਨਾਂ ਨੇ ਬੁਕਿੰਗ ਤਾਂ ਉਹਨਾਂ ਕੋਲੋਂ ਹੀ ਮੰਗਣੀ ਹੈ। ਜੇ ਕਮੇਟੀਆਂ ਬਾਰੇ ਫਾਲਤੂ ਬੋਲਣਗੇ ਤਾਂ ਉਹ ਕਮੇਟੀ ਉਹਨਾਂ ਨੂੰ ਕੀਰਤਨ 'ਤੇ ਨਹੀਂ ਸੱਦੇਗੀ। ਅਤੇ ਰਾਗੀਆਂ ਦੀ, ਜਿਨ੍ਹਾਂ ਦੀ ਰੋਜ਼ੀ ਰੋਟੀ ਹੀ ਇਹ ਕੀਰਤਨਾਂ ਤੋਂ ਚੱਲਦੀ ਹੋਵੇ, ਉਹਨਾਂ ਦੀ ਹਿੰਮਤ ਨਹੀਂ ਹੁੰਦੀ ਉਹਨਾਂ ਦੇ ਬਾਰੇ ਹੀ ਖਿਲਾਫ ਬੋਲਣ ਦੀ। ਪਰ ਸਾਧ ਸੰਗਤ ਜੀ, ਅੱਜ ਦੀ ਡੇਟ ਵਿੱਚ ਤੁਸੀਂ ਕਿਸੇ ਵੀ ਰਾਗੀ ਨੂੰ ਪੁੱਛ ਲਵੋ ਕਿ ਤੁਸੀਂ ਆਪਣੇ ਬੱਚੇ ਨੂੰ ਰਾਗੀ ਬਣਾਓਗੇ, ਤਾਂ ਉਹ ਰਾਗੀ ਕਹੇਗਾ ਕਿ ਮੇਰੀ ਪੀੜ੍ਹੀ ਆਖਰੀ ਸੀ ਜਿਹੜੀ ਇਹ ਕੀਰਤਨ ਦੀ ਸੇਵਾ ਕਰ ਗਈ। ਮੈਂ ਆਪਣੇ ਆਉਣ ਵਾਲੇ ਬੱਚਿਆਂ ਨੂੰ, ਜਿਹੜੇ ਮਾੜੇ ਦਿਨ ਮੈਂ ਵੇਖੇ ਨੇ, ਮੈਂ ਆਪਣੇ ਬੱਚਿਆਂ ਨੂੰ ਨਹੀਂ ਕਦੀ ਦੇਖਣ ਦੇਵਾਂਗਾ। ਸਾਧ ਸੰਗਤ ਜੀ, ਅੱਜ ਦੀ ਡੇਟ 'ਚ ਰਾਗੀਆਂ ਦੇ ਕੋਲ ਆਪਣੇ ਘਰ ਨਹੀਂ ਹਨ, ਉਹਨਾਂ ਦੇ ਕੋਲ ਆਪਣੀ ਪ੍ਰੋਪਰਟੀ ਨਹੀਂ ਹੈ। 7-8 ਹਜ਼ਾਰ ਤਨਖਾਹਾਂ ਦੇ ਨਾਲ ਕੋਈ ਰਾਗੀਆਂ ਦਾ ਘਰ ਨਹੀਂ ਚੱਲਦਾ। ਹਜ਼ੂਰੀ ਰਾਗੀ ਸਾਰੇ ਰੁਲ ਰਹੇ ਨੇ। ਘੱਟੋ ਘੱਟ ਕਮੇਟੀਆਂ ਨੂੰ, ਆਪਣੇ ਹੀ ਰਾਗੀਆਂ ਨੂੰ, ਉਹਨਾਂ ਦੇ ਬੱਚਿਆਂ ਨੂੰ ਫ੍ਰੀ ਐਜੂਕੇਸ਼ਨ ਦੇਣ। ਸਾਡੇ ਦਿੱਲੀ ਦੇ ਵਿੱਚ ਸਿੱਖਾਂ ਦੇ ਨਾਨਾ ਕਰਦੇ ਵੀ 30-40 ਸਕੂਲ ਨੇ। ਜੇ ਸਾਰੇ ਸਕੂਲ ਵੀ ਮਿਲ ਕੇ ਇਹ ਜ਼ਿੰਮਾ ਲੈ ਲੈਣ ਕਿ ਅਸੀਂ ਰਾਗੀਆਂ ਦੇ ਬੱਚਿਆਂ ਨੂੰ, ਘੱਟੋ ਘੱਟ ਸਿਰਫ ਰਾਗੀਆਂ ਦੇ ਹੀ ਬੱਚਿਆਂ ਨੂੰ ਅਸੀਂ ਫ੍ਰੀ ਐਜੂਕੇਸ਼ਨ ਦੇਵਾਂਗੇ, ਤਾਂ ਕੱਲ੍ਹ ਨੂੰ ਰਾਗੀ ਵੀ ਪੜ੍ਹੇ ਲਿਖੇ ਹੋਣਗੇ। ਸਾਧ ਸੰਗਤ ਜੀ, ਇਹ ਗੱਲ ਸਰਬਜੀਤ ਸਿੰਘ ਪਟਨਾ ਸਾਹਿਬ ਵਾਲਿਆਂ ਨੇ ਕਹੀ ਸੀ ਕਿ ਦੁਨੀਆਂ ਦਾ ਸੋਚਣਾ ਹੈ ਕਿ ਰਾਗੀ ਜਿਹੜੇ ਹੁੰਦੇ ਨੇ, ਜਿਹੜੇ ਪ੍ਰਚਾਰਕ ਹੁੰਦੇ ਨੇ, ਉਹ ਪੜ੍ਹੇ ਲਿਖੇ ਨਹੀਂ ਹੁੰਦੇ।
ਜਿਨ੍ਹਾਂ ਨੂੰ ਕੁਛ ਨਹੀਂ ਆਉਂਦਾ ਉਹ ਮੂੰਹ ਚੱਕ ਕੇ ਰਾਗੀ ਪ੍ਰਚਾਰਕ ਬਣ ਜਾਂਦੇ ਨੇ। ਪਰ ਸਾਧ ਸੰਗਤ ਜੀ, ਜਿੰਨੀ ਔਖੀ ਵਿੱਦਿਆ ਪ੍ਰਚਾਰਕਾਂ ਦੀ ਹੈ, ਉਨੀ ਔਖੀ ਵਿੱਦਿਆ ਕਿਸੇ PhD ਦੇ ਡਾਕਟਰ ਦੀ ਨਹੀਂ ਹੋਵੇਗੀ। ਸਾਡੀ ਪੂਰੀ ਜ਼ਿੰਦਗੀ ਨਿਕਲ ਜਾਵੇ, ਅਸੀਂ ਫਿਰ ਵੀ ਗੁਰੂ ਨਾਨਕ ਦੇ ਇਤਿਹਾਸ ਨੂੰ ਫਰੋਲ ਨਹੀਂ ਸਕਦੇ। ਐਡੀ ਔਖੀ ਇਹ ਵਿਦਵਾਨ ਦੀ ਪੜ੍ਹਾਈ ਹੈ। ਗੁਰੂ ਰੂਪ ਸਾਧ ਸੰਗਤ ਜੀ, ਇਹ ਪ੍ਰਕਾਸ਼ ਪੁਰਬ ਮਨਾਏ ਤਾਂ ਹੀ ਸਫਲੇ ਨੇ, ਜਦੋਂ ਅਸੀਂ ਆਪਣੇ ਬੱਚਿਆਂ ਨੂੰ ਕਵਾਂਗੇ, ਆਪਣੇ ਯੂਥ ਨੂੰ ਕਵਾਂਗੇ ਕਿ ਤੁਸੀਂ ਗੁਰੂ ਦੇ ਘਰਾਂ ਦੇ ਵਿੱਚ ਆਇਆ ਕਰੋ। ਔਰ ਇਹ ਜ਼ਿੰਮੇਵਾਰੀ ਪ੍ਰਬੰਧਕ ਕਮੇਟੀਆਂ ਦੀ ਵੀ ਬਣਦੀ ਹੈ। ਜਿਹੜੇ ਵੀ ਇਹ ਵੀਡੀਓ ਨੂੰ ਸੁਣ ਰਹੇ ਨੇ, ਭਾਵੇਂ ਉਹ ਇੰਡੀਆ ਹੋਵੇ, ਭਾਵੇਂ ਫੋਰਨ ਕੰਟਰੀ ਦੀ ਕੋਈ ਵੀ ਪ੍ਰਬੰਧਕ ਕਮੇਟੀ ਹੋਵੇ, ਤੁਸੀਂ ਆਪਣੇ ਯੂਥ ਨੂੰ ਰੋਕਣ ਟੋਕਣ ਦੀ ਬਜਾਏ ਉਹਨਾਂ ਨੂੰ ਆਪਣੇ ਨਾਲ ਜੋੜੋ। ਉਹ ਜੋ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਉਹਦੇ 'ਚ ਸਪੋਰਟ ਕਰੋ। ਉਹਨਾਂ ਨੂੰ ਰੋਕ ਟੋਕ ਲਗਾ ਕੇ ਉਹਨਾਂ ਨੂੰ ਗੇਟ ਦੇ ਬਾਹਰ ਜਾਣ 'ਤੇ ਮਜਬੂਰ ਨਾ ਕਰੋ। ਗੁਰੂ ਰੂਪ ਸਾਧ ਸੰਗਤ ਜੀ, ਕਿਉਂ ਸਾਡੇ ਸਿੱਖ ਧਰਮਾਂ ਦੇ ਲੋਕਾਂ ਨੇ ਇਹ ਗਾਤਰੇ ਪਾ ਕੇ, ਕਿਰਪਾਨਾਂ ਪਾ ਕੇ ਲਾ ਦਿੱਤੀਆਂ, ਦਾੜੀਆਂ ਕਟਾ ਲਈਆਂ? ਕਿਉਂ ਕਟਾ ਲਈਆਂ? ਕਿਉਂਕਿ ਸਾਡੇ ਸਿੱਖ ਧਰਮ 'ਚ ਜੋ ਸਿੱਖਿਆ ਦੇਣੀ ਚਾਹੀਦੀ ਸੀ ਉਹ ਦੂਜੇ ਧਰਮਾਂ ਦੇ ਲੋਕ ਆ ਕੇ ਦੇ ਕੇ ਉਸ ਗੱਲ ਦਾ ਫਾਇਦਾ ਚੱਕ ਕੇ ਸਾਡੇ ਬੱਚਿਆਂ ਨੂੰ ਆਪਣੇ ਵੱਲ ਲੈ ਗਏ, ਅਤੇ ਅਸੀਂ ਹੀ ਹਾਂ ਜੋ ਇਸ ਚੀਜ਼ ਨੂੰ ਰੋਕ ਸਕਦੇ ਹਾਂ। ਆਓ ਸੰਗਤ ਜੀ, ਸਾਰੇ ਰਲ ਕੇ ਗੁਰੂ ਨਾਨਕ ਦੇ ਅੱਗੇ ਅਰਦਾਸ ਕਰੀਏ ਕਿ ਸਾਡਾ ਸਿੱਖ ਕੌਮ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੇ, ਅਤੇ ਸਾਡੇ ਸਿੱਖ ਕੌਮ ਦੇ ਵਿੱਚ ਇੰਨੀ ਬਰਕਤ ਪਵੇ ਕਿ ਕਿਸੇ ਵੀ ਸਿੱਖ ਬੱਚੇ ਨੂੰ ਕਿਸੇ ਦੂਜੇ ਧਰਮ ਦੇ ਵਿੱਚ ਨਾ ਜਾਣਾ ਪਵੇ। ਆਓ ਸਾਰੇ ਰਲ ਕੇ ਪੜ੍ਹੀਏ ਜੀ, ਕੋਈ ਰਸਨਾ ਵਾਂਝੀ ਨਾ ਰਹੇ।